ਸਤਿ ਸ਼੍ਰੀ ਅਕਾਲ ਵੀਰ ਜੀ। ਇਹ ਆਪਣੀ ਜਿਹੜੀ ਹੁਣ ਨਵੀਂ ਤੂੜੀ ਆ ਰਹੀ ਆ ਖੇਤਾਂ ਦੇ ਵਿੱਚੋਂ ਸਿੱਧੀ, ਇਹਦੇ ਵਿੱਚ ਆਹ ਦੇਖੋ ਵੀ ਮਿੱਟੀ 'ਤੇ ਹੈਗੀ ਆ ਜਿਹੜੀ ਗਰਦ ਹੁੰਦੀ ਆ, ਇਹ ਬਹੁਤ ਜ਼ਿਆਦਾ ਹੁੰਦੀ ਆ। ਜੇ ਆਪਾਂ ਦਸਕ ਦੇਣਾ ਆਪਦੀ ਤੂੜੀ ਨੂੰ ਥੋੜ੍ਹਾ ਜਿਹਾ ਇੱਕ ਨਿਸ਼ਾਨ ਕੇ ਪਾ ਲਾਂਗੇ, ਇਹਦੇ ਨਾਲ ਆਪਣੇ ਪਸ਼ੂਆਂ ਦੇ ਵਿੱਚ ਜਿਵੇਂ ਹੁਣ ਬੰਨ ਪੈ ਜਾਂਦਾ ਜਾਂ ਪਸ਼ੂਆਂ ਨੂੰ ਕਾਫ਼ੀ ਮੂਕ ਲੱਗਦੀ ਆ, ਜਿਵੇਂ ਸਾਡੀ ਆ ਗਾਂ ਦੇ ਬੰਨ ਪੈ ਗਿਆ ਸੀ, ਆਹ ਡੂੰਗ ਦਿਖਾਉਂਦੇ ਆ ਜੀ, ਆਹ ਡੂੰਗ ਨੂੰ ਸਾਡੀ ਬੰਨ ਪੈ ਗਿਆ ਸੀ ਅਤੇ ਇਹਦੀ ਦੁੱਧ ਦੇ ਥੱਲੇ 35-36 ਲੀਟਰ ਦੁੱਧ ਸੀਗਾ ਅਤੇ ਦੁੱਧ ਘੱਟ ਕੇ ਜਮ੍ਹਾਂ ਹੀ 15 ਲੀਟਰ ਦੁੱਧ 'ਤੇ ਆ ਗਈ ਸੀਗੀ ਇਹ। ਚਲੋ ਦਵਾਈ ਲਾਈ ਆਪਾਂ, ਇਹ ਗਾਂ ਠੀਕ ਹੋ ਗਈ। ਤੂੜੀ ਨੂੰ ਆਪਾਂ ਜੇ 10 ਨਹੀਂ ਤਾਂ 15 ਕੁ ਦਿਨ ਇੱਕਣ ਥੋੜ੍ਹੀ ਜਿਹੀ ਮਿਹਨਤ ਕਰਕੇ ਆਪਾਂ ਛਾਣ ਕੇ ਤੂੜੀ ਨੂੰ ਪਾ ਦਈਏ। ਆਹ ਦੇਖੋ ਇਹਦੇ ਥੱਲੇ ਸਾਰਾ ਦੇਖੋ ਵੀ ਕਿੰਨੀ ਆਹ ਸਾਰੀ ਇਹਦੇ ਵਿੱਚ ਜਿਹੜੀ ਹੈਗੀ ਆਹ ਫੱਕ ਆ ਜਿਹੜੀ ਇਹ ਪਸ਼ੂ ਦੇ ਅੰਦਰ ਪੇਟ 'ਚ ਜਦ ਜਾਣਾ ਇਹਦੇ ਨਾਲ ਬੰਨ ਪੈ ਜਾਂਦਾ ਗਾਵਾਂ ਨੂੰ, ਪਸ਼ੂਆਂ ਦੀ ਮੌਤ ਵੀ ਹੋ ਜਾਂਦੀ ਆ। ਆਪਣੇ ਇੰਨੇ ਮਹਿੰਗੇ ਪਸ਼ੂ ਨੇ, ਲੱਖ ਲੱਖ ਰੁਪਈਏ ਦੀ ਗਾਂ ਆਪਣੀ ਸਵਾ ਸਵਾ ਲੱਖ ਦੀ ਹੁੰਦੀ ਆ, ਅਤੇ ਇਹ ਜੇ ਆਪਾਂ ਇੰਨੀ ਕੁ ਮਿਹਨਤ ਕਰ ਲਈਏ ਤਾਂ ਉਹ ਚੀਜ਼ ਦਾ ਬਚਾਅ ਹੋ ਸਕਦਾ। ਅਤੇ ਹੁਣ ਆਪਾਂ ਇੰਨਾ ਦੇਖ ਲਓ ਵੀ ਆਹ ਛਾਲਣਾ ਬਣਾਇਆ ਹੋਇਆ ਆਪਣੇ ਘਰ ਸਮਾਨ ਹੁੰਦਾ ਹੀ ਆ, ਆਪਾਂ ਮਿਸਤਰੀ ਨੂੰ ਲਾ ਕੇ ਵੀ ਜੇ ਬਾਹਲਾ ਮਹਿੰਗਾ ਨਹੀਂ ਤਾਂ ਕੋਈ ਵੀ ਜਗਾੜੀ ਇਹ ਬਣਾ ਸਕਦੇ ਹਾਂ। ਆਹ ਸਾਡਾ ਫੱਟੀਆਂ ਲਾ ਕੇ ਬਸ ਬਾਲੇ ਲਾ ਕੇ ਬਣਾਇਆ ਹੋਇਆ ਆਹ ਬੜੀ ਵਧੀਆ ਤੂੜੀ ਛਾਣ ਦਾ ਬੜਾ ਵਧੀਆ ਆਪਣਾ ਡੰਗ ਸਾਰੀ ਜਾਂਦਾ ਇਹ। ਅਤੇ ਮੰਨ ਲਓ ਵੀ ਆਪਣੇ ਰੋਜ਼ 10 ਮਿੰਟ ਸਵੇਰੇ ਅਤੇ 10 ਮਿੰਟ ਸ਼ਾਮ ਨੂੰ ਟਾਈਮ ਆਪਣਾ ਸਿਰਫ ਲੱਗਦਾ, 10 ਮਿੰਟ ਟਾਈਮ ਦੀ ਮਿਹਨਤ ਕਰ ਲਈਏ ਤਾਂ ਆਪਣੇ ਪਸ਼ੂਆਂ ਨੂੰ ਇਹ ਬੰਨ ਦੀ ਜਾਂ ਮੋਕ ਦੀ ਪ੍ਰੋਬਲਮ ਆ ਜਿਹੜੀ ਇਹ ਨਹੀਂ ਆਊਗੀ। ਬਾਕੀ ਆਪਾਂ ਪਸ਼ੂਆਂ ਨੂੰ ਜੇ ਮਾੜਾ ਜਿਹਾ ਵੀ ਲੱਗਦਾ ਵੀ ਆਪਾਂ ਨੂੰ ਖਿਆਲ ਰੱਖੋ ਆਹ 10 ਦਿਨ ਆਪਦਾ, ਕੋਈ ਪਸ਼ੂ ਮੋਕ ਮਾਰਦਾ ਜਾਂ ਕੋਈ ਪਸ਼ੂ ਆਪਣਾ ਜਿਹੜਾ ਗੋਹਾ ਉਹ ਸਹੀ ਨਹੀਂ ਕਰਦਾ ਤਾਂ ਆਪਦੇ ਜਿਹੜਾ ਡਾਕਟਰ ਆਪਣੇ ਆਉਂਦਾ ਤਾਂ ਉਹਦੀ ਆਪਦੀ ਰਾਏ ਲਵੋ ਅਤੇ ਉਹਦੀ ਗੌਰ ਰੱਖੋ, ਜਾਣੀ ਆਪਾਂ ਉਹਨੂੰ ਇਗਨੋਰ ਨਹੀਂ ਕਰਨਾ ਹੈਗਾ ਚੀਜ਼ ਨੂੰ, ਜੇ ਆਪਾਂ ਨੂੰ ਇਗਨੋਰ ਕਰਾਂਗੇ ਆਪਣੇ ਵਾਧਾ ਵਧੂਗਾ। ਧੰਨਵਾਦ ਵੀਰ ਜੀ ਵੀਡੀਓ ਦੇਖਣ ਲਈ, ਜ਼ਿਆਦਾ ਤੋਂ ਜ਼ਿਆਦਾ ਚੈਨਲ ਸਬਸਕ੍ਰਾਈਬ ਕਰੋ।